BSF ਦੀ 103 ਬਟਾਲੀਅਨ ਵੱਲੋਂ ਬੀਤੀ 4 ਜੂਨ ਨੂੰ ਪਾਕਿਸਤਾਨੀ ਨੌਜਵਾਨ ਨੂੰ ਭਾਰਤ ਸੀਮਾ ਅੰਦਰ ਦਾਖਲ ਹੋਣ 'ਤੇ ਕਾਬੂ ਕਰਨ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ BSF ਦੀ 103 ਬਟਾਲੀਅਨ ਵੱਲੋਂ BOP ਕਾਲੀਆ 149M ਅਲਾਈਨਮੈਂਟ ਨਜ਼ਦੀਕ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਸੀਮਾ ਅੰਦਰ ਦਾਖਲ ਹੁੰਦੇ ਦੇਖਿਆ ਗਿਆ। BSF 103 ਬਟਾਲੀਅਨ ਦੇ ਨੌਜਵਾਨਾਂ ਵੱਲੋਂ ਧੁੱਪ 'ਚ ਪਾਕਿਸਤਾਨੀ ਨਾਗਰਿਕ ਨੂੰ ਪਿੱਛੇ ਪਾਕਿਸਤਾਨ ਵੱਲ ਨੂੰ ਮੁੜ ਜਾਣ ਦੀ ਹਦਾਇਤ ਵੀ ਕੀਤੀ ਗਈ, ਪਰੰਤੂ BSF ਦੇ ਜਵਾਨਾਂ ਵੱਲੋਂ ਹਦਾਇਤ ਦਿੱਤੇ ਜਾਣ ਦੇ ਬਾਅਦ ਵੀ ਪਾਕਿਸਤਾਨੀ ਨਾਗਰਿਕ ਭਾਰਤ ਸੀਮਾ ਅੰਦਰ ਦਾਖਲ ਹੋ ਗਿਆ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ BSF ਦੇ ਜਵਾਨਾਂ ਵੱਲੋਂ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵਲਟੋਹਾ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉੱਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੇ SHO ਪਰਮਿੰਦਰ ਸਿੰਘ ਨੇ ਦੱਸਿਆ ਕਿ BSF ਵੱਲੋਂ ਪੁਲਿਸ ਹਿਰਾਸਤ ਵਿੱਚ ਦਿੱਤੇ ਗਏ ਪਾਕਿਸਤਾਨੀ ਨੌਜਵਾਨ ਦੀ ਪਹਿਚਾਣ ਮੁਹੰਮਦ ਅਮਜ਼ਦ ਪਿੰਡ ਸਰਹਾਲੀ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ। SHO ਨੇ ਦੱਸਿਆ ਕਿ ਸਰਹੱਦ ਤੋਂ ਕਾਬੂ ਕੀਤੇ ਨੌਜਵਾਨ ਦੀ ਉਮਰ ਕਰੀਬ 30 ਸਾਲ ਦੇ ਕਰੀਬ ਹੈ। SHO ਨੇ ਦੱਸਿਆ ਹੈ ਕਿ ਫੜੇ ਗਏ ਪਾਕਿਸਤਾਨੀ ਨੌਜਵਾਨ ਪਾਸੋਂ ਤਲਾਸ਼ੀ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ। SHO ਨੇ ਕਿਹਾ ਹੈ ਕਿ ਉਪਰੋਕਤ ਨੌਜਵਾਨ ਵਿਰੁੱਧ ਮੁਕੱਦਮਾ ਨੰਬਰ 45 ਅੰਡਰ ਸੈਕਸ਼ਨ 14 ਫੌਰਨ ਐਕਟ 334 ਇੰਡੀਅਨ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। SHO ਵਲਟੋਹਾ ਦਾ ਕਹਿਣਾ ਹੈ ਕਿ ਇਹ ਮਾਮਲਾ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਹੈ। ਉਹਨਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਇਹ ਪਾਕਿਸਤਾਨੀ ਨਾਗਰਿਕ ਜਿਹੜਾ ਗ੍ਰਿਫਤਾਰ ਕੀਤਾ, ਇਹ ਕਿਹੜੇ ਬਾਰਡਰ ਤੋਂ ਇਹ ਗ੍ਰਿਫਤਾਰ ਕੀਤਾ ਜੀ? ਇਹ ਸ਼੍ਰੀ SS ਮੀਨਾ ਕੰਪਨੀ ਕਮਾਂਡਰ ਨੇ, ਸੀ ਕੰਪਨੀ ਕਮਾਂਡਰ ਬਟਾਲੀਅਨ 103 BSF ਪੋਸਟ ਹੈਗੀ ਆ ਕਾਲੀਆ। ਇਹ ਉਹਨਾਂ ਨੇ ਕਿਸਾਨ ਗਾਰਦ ਪਾਰਟੀ ਦੇ ਤੌਰ 'ਤੇ ਜਦੋਂ ਇਹ ਕੱਲ੍ਹ ਗਸ਼ਤ ਕਰ ਰਹੇ ਸੀਗੇ 3 ਵਜੇ ਦੇ ਕਰੀਬ, ਅਤੇ ਪਾਕਿਸਤਾਨ ਦੀ ਤਰਫੋਂ ਇੱਕ ਨੌਜਵਾਨ ਨੇ ਜ਼ਿਆਦਾ ਇੰਟਰਨੈਸ਼ਨਲ ਬਾਰਡਰ ਨੂੰ ਕ੍ਰਾਸ ਕੀਤਾ ਅਤੇ ਉਹਨਾਂ ਨੇ ਇਹਨੂੰ ਲਲਕਾਰ ਕੇ ਕਾਬੂ ਕੀਤਾ, ਜਿਹਨੇ ਆਪਣਾ ਨਾਮ ਮੁਹੰਮਦ ਆਜ਼ਮ ਅਮਜਦ ਵਾਸੀ ਸਰਹਾਲੀ ਪੋਸਟ ਆਫ ਮੁਸਤਫਾਬਾਦ ਜ਼ਿਲ੍ਹਾ ਕਸੂਰ ਪਾਕਿਸਤਾਨ ਦੱਸਿਆ ਵੀ ਉਮਰ 30 ਸਾਲ ਦੀ ਆ। ਇਹ ਰਾਤ BSF ਵਾਲੇ ਜਿਹਨਾਂ ਨੇ ਸਾਡੇ ਇਹਨਾਂ ਨੂੰ ਹੈਂਡਓਵਰ ਕਰਤਾ ਸੀ, ਉਹ ਫਿਲਹਾਲ ਕੋਈ ਇਹੋ ਜਿਹੀ ਚੀਜ਼ ਨਹੀਂ ਪਕੜੀ ਗਈ। ਪਰਚਾ ਦਰਜ ਕਰਕੇ ਇਹਨੂੰ ਕੋਰਟ 'ਚ ਪੇਸ਼ ਕਰਕੇ ਜਿਹੜੀ ਉਹ ਤਫਤੀਸ਼ ਕੀਤੀ ਜਾਵੇਗੀ ਵੀ ਇਹ ਕਿਉਂ ਆਇਆ, ਕਿੱਦਾਂ ਆਇਆ, ਉਹ ਸਾਰੀ ਤਫਤੀਸ਼ ਕਰਕੇ ਜਿਹੜੀ ਅਗਲੀ ਆ ਉਹ ਕਾਰਵਾਈ ਸ੍ਰੀ ਗ੍ਰਿਫਤਾਰ ਦੇ ਮੁਤਾਬਕ। ਇਹ ਪਾਕਿਸਤਾਨੀ ਨਾਗਰਿਕ ਜਿਹੜਾ ਗ੍ਰਿਫਤਾਰ ਕੀਤਾ, ਇਹ ਕਿਹੜੇ ਬਾਰਡਰ ਤੋਂ ਇਹ ਗ੍ਰਿਫਤਾਰ ਕੀਤਾ ਜੀ? ਇਹ ਸ਼੍ਰੀ SS ਮੀਨਾ ਕੰਪਨੀ ਕਮਾਂਡਰ ਨੇ, ਸੀ ਕੰਪਨੀ ਕਮਾਂਡਰ ਬਟਾਲੀਅਨ 103 BSF ਪੋਸਟ ਹੈਗੀ ਆ ਕਾਲੀਆ। ਇਹ ਉਹਨਾਂ ਨੇ ਕਿਸਾਨ ਗਾਰਦ ਪਾਰਟੀ ਦੇ ਤੌਰ 'ਤੇ ਜਦੋਂ ਇਹ ਕੱਲ੍ਹ ਗਸ਼ਤ ਕਰ ਰਹੇ ਸੀਗੇ 3 ਵਜੇ ਦੇ ਕਰੀਬ, ਅਤੇ ਪਾਕਿਸਤਾਨ ਦੀ ਤਰਫੋਂ ਇੱਕ ਨੌਜਵਾਨ ਨੇ ਜ਼ਿਆਦਾ ਇੰਟਰਨੈਸ਼ਨਲ ਬਾਰਡਰ ਨੂੰ ਕ੍ਰਾਸ ਕੀਤਾ ਅਤੇ ਉਹਨਾਂ ਨੇ ਇਹਨੂੰ ਲਲਕਾਰ ਕੇ ਕਾਬੂ ਕੀਤਾ, ਜਿਹਨੇ ਆਪਣਾ ਨਾਮ ਮੁਹੰਮਦ ਆਜ਼ਮ ਅਮਜਦ ਵਾਸੀ ਸਰਹਾਲੀ ਪੋਸਟ ਆਫ ਮੁਸਤਫਾਬਾਦ ਜ਼ਿਲ੍ਹਾ ਕਸੂਰ ਪਾਕਿਸਤਾਨ ਦੱਸਿਆ ਵੀ ਉਮਰ 30 ਸਾਲ ਦੀ ਆ। ਇਹ ਰਾਤ BSF ਵਾਲੇ ਜਿਹਨਾਂ ਨੇ ਸਾਡੇ ਇਹਨਾਂ ਨੂੰ ਹੈਂਡਓਵਰ ਕਰਤਾ ਸੀ, ਉਹ ਫਿਲਹਾਲ ਕੋਈ ਇਹੋ ਜਿਹੀ ਚੀਜ਼ ਨਹੀਂ ਪਕੜੀ ਗਈ।
ਪਰਚਾ ਦਰਜ ਕਰਕੇ ਉਹਨੂੰ ਕੋਰਟ 'ਚ ਪੇਸ਼ ਕਰਕੇ ਜਿਹੜੀ ਉਹ ਤਫਤੀਸ਼ ਕੀਤੀ ਜਾਵੇਗੀ ਵੀ ਇਹ ਕਿਉਂ ਆਇਆ, ਕਿੱਦਾਂ ਆਇਆ, ਉਹ ਸਾਰੀ ਤਫਤੀਸ਼ ਕਰਕੇ ਜਿਹੜੀ ਹੈਗੀ ਆ ਉਹ ਕਾਰਵਾਈ ਸ੍ਰੀ ਗ੍ਰੰਥ ਸਾਹਿਬ ਦੇ ਮੁਤਾਬਕ।